ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਇਲਾਸਟਿਕ ਦੀ ਵੀਡੀਓ ਲੈ ਕੇ ਆਏ ਹਾਂ ਵੀ ਪਲਾਜ਼ੋ ਦੇ ਵਿੱਚ ਆਪਾਂ ਸੌਖੇ ਤਰੀਕੇ ਨਾਲ ਇਲਾਸਟਿਕ ਕਿਸ ਤਰ੍ਹਾਂ ਪਾ ਸਕਦੇ ਹਾਂ। ਦੇਖੋ ਆਪਣੇ ਕੋਲ ਆਹ ਇਲਾਸਟਿਕ ਹੈਗਾ, ਇਸ ਤਰ੍ਹਾਂ ਆਪਾਂ ਨੇ ਜੋੜ ਲਗਾ ਲਿਆ ਇਹਦੇ ਉੱਪਰ। ਆਪਣੇ ਆਹ ਪਲਾਜ਼ੋ ਨੂੰ ਪਹਿਲਾਂ ਸਟਿਚ ਕਰ ਚੁੱਕੇ ਹਾਂ, ਦੇਖੋ ਸਿਰਫ ਆਪਣਾ ਇਲਾਸਟਿਕ ਬਚਿਆ ਹੋਇਆ ਹੈਗਾ। ਅਤੇ ਆਪਣੀ ਜਿਹੜੀ ਆ ਪੋਕਿਟ ਲੱਗੀ ਹੋਈ ਹੈ ਇਹ ਵਿੱਚ ਆਉਣੀ ਚਾਹੀਦੀ ਹੈ, ਇਸ ਤਰ੍ਹਾਂ ਨਾ ਹੋਵੇ ਵੀ ਆਪਣਾ ਇਲਾਸਟਿਕ ਇਸ ਤਰ੍ਹਾਂ ਉੱਪਰ ਰਹਿ ਜੇ ਅਤੇ ਪੋਕਿਟ ਵਿੱਚ ਨਾ ਆਵੇ। ਹੁਣ ਆਪਾਂ ਸਭ ਤੋਂ ਪਹਿਲਾਂ ਦੇਖੋ ਇਲਾਸਟਿਕ ਦੇ ਜੋੜ ਲਗਾਇਆ ਹੋਇਆ ਹੈਗਾ। ਹੁਣ ਇਹਦੇ ਆਪਾਂ ਚਾਰ ਹਿੱਸੇ ਕਰਾਂਗੇ। ਦੇਖੋ ਕਿਸ ਤਰ੍ਹਾਂ ਕਰਨਾ ਤੁਸੀਂ ਨੇ, ਆਹ ਜੋੜ ਤੋਂ ਪਕੜ ਲੈਣਾ। ਦੇਖੋ ਆਪਾਂ ਨੇ ਆਹ ਜੋੜ ਲਗਾਇਆ ਹੋਇਆ, ਹੁਣ ਆਪਾਂ ਇਲਾਸਟਿਕ ਦੇ ਇੱਕ ਇੱਧਰਲੀ ਸਾਈਡ ਤੇ ਨਿਸ਼ਾਨ ਲਗਾਵਾਂਗੇ। ਹੁਣ ਇਹਨੂੰ ਇਸ ਤਰ੍ਹਾਂ ਕਰ ਲਾਂਗੇ, ਮੰਨ ਲਓ ਇਹਦੇ ਚਾਰ ਹਿੱਸੇ ਕਰ ਲਾਂਗੇ। ਆ ਦੇਖੋ ਚਾਰ ਹਿੱਸੇ ਕਰ ਲਏ। ਹੁਣ ਆਪਾਂ ਇਹਦੇ ਨਾਲ ਕਿਸ ਤਰ੍ਹਾਂ ਦੇਖੋ ਆਪਣੇ ਆ ਚਾਰ ਹਿੱਸੇ ਕਰ ਲਏ ਨੇਗੇ, ਇੱਕ ਦੋ ਤਿੰਨ ਆ ਚਾਰ। ਹੁਣ ਆਪਾਂ ਦੇਖੋ ਇਲਾਸਟਿਕ ਕਿਸ ਤਰੀਕੇ ਨਾਲ ਪਾਉਣਾ, ਕਿੱਥੇ ਕਿੱਥੇ ਕਿਵੇਂ ਲਗਾਉਣਾ ਗਾ ਉਹ ਤੁਹਾਨੂੰ ਦੱਸਾਂਗੇ, ਅਤੇ ਨਾਲ ਨਾਲ ਆਪਾਂ ਇਹਦੇ ਇਲਾਸਟਿਕ ਪਾਉਣਾ ਵੀ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਆਸਾਨੀ ਨਾਲ ਇਲਾਸਟਿਕ ਪਾ ਸਕਦੇ ਹੋ ਪਲਾਜ਼ੋ ਦੇ ਵਿੱਚ। ਜੇ ਤੁਸੀਂ ਇਸ ਤਰ੍ਹਾਂ ਪਲਾਜ਼ੋ ਦੇ ਵਿੱਚ ਇਲਾਸਟਿਕ ਪਾਓਗੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ। ਕਈ ਵਾਰ ਕੀ ਹੁੰਦਾ ਇਲਾਸਟਿਕ ਪਾਉਣ ਵੇਲੇ ਆਪਾਂ ਤੋਂ ਬਲ ਪੈ ਜਾਂਦਾ ਵੀ ਉਹ ਬਲ ਵੀ ਨਾ ਪਵੇ, ਤੁਸੀਂ ਕਿਸ ਤਰ੍ਹਾਂ ਪਾਓਗੇ। ਦੇਖੋ ਇਲਾਸਟਿਕ ਨੂੰ ਇਸ ਤਰ੍ਹਾਂ ਨਿਸ਼ਾਨ ਵਾਲਾ ਪਾਸਾ ਉੱਪਰਲੀ ਸਾਈਡ ਰੱਖੋਗੇ, ਪਰ ਪਹਿਲਾਂ ਮੈਂ ਆਹ ਵਾਲਾ ਪਾਸਾ ਚੱਕੂੰਗੀ। ਦੇਖੋ ਇਹ ਕਈ ਵਾਰ ਕੀ ਹੁੰਦਾ ਆਪਣੇ ਜੋੜ ਦੇ ਵਿੱਚ ਆ ਜਾਂਦਾ ਜਾਂ ਇਸ ਤਰ੍ਹਾਂ ਆ ਜਾਂਦਾ, ਤੁਸੀਂ ਉਹ ਇਸ ਤਰੀਕੇ ਨਾਲ ਜੋੜ ਲਗਾਉਣਾ। ਕਈ ਵਾਰ ਕੀ ਲੇਡੀਜ਼ ਇੱਥੋਂ ਇਸ ਤਰ੍ਹਾਂ ਜੋੜ ਲਗਾ ਲੈਂਦੀਆਂ ਨੇ, ਇਸ ਤਰ੍ਹਾਂ ਕਦੇ ਵੀ ਜੋੜ ਨਹੀਂ ਲਗਾਉਣਾ, ਉੱਪਰ ਨੀਚੇ ਧਰ ਕੇ ਹੀ ਜੋੜ ਲਗਾਉਣਾ ਇਲਾਸਟਿਕ ਦੇ ਵਿੱਚ ਤੁਸੀਂ ਨੇ। ਦੇਖੋ ਆ ਨਿਸ਼ਾਨ ਵਾਲਾ ਪਾਸਾ ਉੱਪਰਲੀ ਸਾਈਡ ਰੱਖਣਾ, ਕਿਉਂਕਿ ਆਪਾਂ ਨੂੰ ਕਨਫਿਊਜ਼ਨ ਨਾ ਹੋਵੇ ਵੀ ਬਲ ਨਾ ਪਵੇ ਇਲਾਸਟਿਕ ਦੇ ਵਿੱਚ। ਦੇਖੋ ਤੁਸੀਂ ਇਸ ਤਰ੍ਹਾਂ ਕੱਪੜੇ ਦੇ ਨਾਲ ਲਗਾਓਗੇ, ਉੱਪਰ ਇੰਨਾ ਮਾਰਜਨ ਛੱਡੋਗੇ ਤਾਂ ਇਸ ਤਰ੍ਹਾਂ ਕਰੋਗੇ, ਇਸ ਤਰ੍ਹਾਂ ਕਰਕੇ ਇਹਦੇ 'ਤੇ ਸਟਿਚ ਕਰ ਲਓਗੇ। ਇਸੇ ਤਰ੍ਹਾਂ ਨਿਸ਼ਾਨ ਵਾਲਾ ਪਾਸਾ ਤੁਸੀਂ ਪਕੜੋਗੇ ਅਤੇ ਪਲਾਜ਼ੋ ਦੇ ਨਾਲ ਨਿਸ਼ਾਨ ਵਾਲਾ ਪਾਸਾ ਇਸ ਤਰ੍ਹਾਂ ਲਗਾਓਗੇ, ਇਹਨੂੰ ਇਸ ਤਰ੍ਹਾਂ ਕਰਕੇ ਫਿਰ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਕਰੋਗੇ। ਦੇਖੋ ਆਪਣੀ ਪੋਕਿਟ ਜ਼ਿਆਦਾ ਨਹੀਂ ਆ ਰਹੀ, ਆਪਾਂ ਨੇ ਉਸੇ ਤਰੀਕੇ ਨਾਲ ਪੋਕਿਟ ਰੱਖਣੀ ਹੈਗੀ ਵੀ ਆਪਣੀ ਜਿਹੜੀ ਇਹ ਵਿੱਚ ਨਾ ਆਵੇ। ਉੱਪਰੋਂ 1.5-2 ਇੰਚ ਆਪਣੇ ਉੱਪਰੋਂ ਛੱਡਿਆ ਹੋਣਾ ਚਾਹੀਦਾ ਗਾ, ਕਿਉਂਕਿ ਜ਼ਿਆਦਾ ਉੱਪਰ ਪੋਕਿਟ ਵੀ ਨਹੀਂ ਜਾਣੀ ਚਾਹੀਦੀ। ਅਤੇ ਜਿਹੜੀ ਆਪਣੇ ਪੋਕਿਟ ਇੱਧਰੋਂ ਲਗਾਈ ਹੋਈ ਆ ਉਹ ਇਲਾਸਟਿਕ ਦੇ ਵਿੱਚ ਇਸ ਤਰੀਕੇ ਨਾਲ ਦੱਬੀ ਹੋਣੀ ਚਾਹੀਦੀ ਆ। ਦੇਖੋ ਆਹ ਚੀਜ਼ ਆਪਣੀ ਬਿਲਕੁਲ ਇਸ ਤਰੀਕੇ ਨਾਲ ਆਵੇ ਪੋਕਿਟ। ਹੁਣ ਆਪਾਂ ਤੁਹਾਨੂੰ ਮਸ਼ੀਨ 'ਤੇ ਇੱਥੇ ਵੀ ਆਪਾਂ ਨੇ ਇਸੇ ਤਰ੍ਹਾਂ ਸਟਿਚ ਕਰਨਾ, ਅਗਲਾ ਨਿਸ਼ਾਨ ਫੇਰ ਪਕੜਾਂਗੇ, ਉਸੇ ਤਰ੍ਹਾਂ ਆਪਾਂ ਆਸਣ ਵਾਲੇ 'ਤੇ ਲਗਾ ਕੇ ਇਸ ਤਰ੍ਹਾਂ ਕਰਕੇ ਇਹਨੂੰ ਫੇਰ ਇੱਥੇ ਨਿਸ਼ਾਨ ਲਗਾ ਲਾਂਗੇ। ਅਤੇ ਫਿਰ ਆਪਾਂ ਨੂੰ ਜੋ ਲਾਸਟ ਵਾਲਾ ਨਿਸ਼ਾਨ ਲੈ ਜਾਓ, ਆਪਾਂ ਨੂੰ ਇਸ ਤਰ੍ਹਾਂ ਇਹਨੂੰ ਪਲਟਾਉਣਾ ਪਊਗਾ ਆਹ ਚੀਜ਼ ਨੂੰ, ਕਿਉਂਕਿ ਨਿਸ਼ਾਨ ਵਾਲਾ ਪਾਸਾ ਹੀ ਫੇਰ ਆਪਾਂ ਨੇ ਉੱਪਰ ਕਰਨਾ ਗਾ। ਨਿਸ਼ਾਨ ਇਸੇ ਤਰ੍ਹਾਂ ਦੂਸਰੀ ਸਾਈਡ 'ਤੇ ਲਗਾ ਕੇ ਇਸ ਤਰ੍ਹਾਂ ਇਹਨੂੰ ਕਰ ਲਾਂਗੇ। ਫਿਰ ਆਪਾਂ ਇਹਨੂੰ ਇਸ ਤਰ੍ਹਾਂ ਖਿੱਚ ਕੇ ਇਲਾਸਟਿਕ ਇਹਦੇ ਵਿੱਚ ਪਾਵਾਂਗੇ, ਨਾਲ ਨਾਲ ਤੁਹਾਨੂੰ ਮਸ਼ੀਨ ਦੇ ਵਿੱਚ ਆਪਾਂ ਸਟਿਚ ਕਰਨਾ ਦੱਸਾਂਗੇ ਵੀ ਕਿਸ ਤਰੀਕੇ ਨਾਲ ਇਲਾਸਟਿਕ ਸੌਖੇ ਤਰੀਕੇ ਨਾਲ ਇਲਾਸਟਿਕ ਦੀ ਵੀਡੀਓ ਬਣੂਗੀ। ਦੇਖੋ ਦੇਖੋ ਹੁਣ ਆਪਾਂ ਇਲਾਸਟਿਕ ਪਾਉਣਾ ਸ਼ੁਰੂ ਕਰਦੇ ਹਾਂ। ਚਾਰ ਹਿੱਸਿਆਂ ਨੂੰ ਅਲੱਗ ਅਲੱਗ ਆਪਾਂ ਉਹਨਾਂ ਦੇ ਚਾਰੇ ਪਾਰਟ ਤੇ ਜੜ ਲਾਂਗੇ, ਕਿਉਂਕਿ ਆਪਣੇ ਪਲਾਜ਼ੋ ਦੇ ਵੀ ਚਾਰੇ ਹਿੱਸੇ ਬਣੇ ਹੋਏ ਨੇ। ਦੇਖੋ ਇਹਦੇ ਕੋਈ ਕੱਟ ਲਗਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਦੋਨੋਂ ਹਿੱਸੇ ਆਸਣ ਵਾਲੇ ਹੋ ਗਏ ਤੇ ਦੋ ਹਿੱਸੇ ਆਪਣੇ ਸਾਈਡ ਸਿਲਾਈ ਵਾਲੇ ਹੋ ਗਏ। ਹੁਣ ਆਪਾਂ ਇਹਨਾਂ ਦੇ ਵਿੱਚੋਂ ਇੱਕ ਨਿਸ਼ਾਨ ਨੂੰ ਪਕੜ ਲਾਂਗੇ, ਇਸੇ ਤਰ੍ਹਾਂ ਆਪਾਂ ਇਹਨੂੰ ਪਕੜ ਲਾਂਗੇ। ਨਿਸ਼ਾਨ ਵਾਲਾ ਪਾਸਾ ਹਮੇਸ਼ਾ ਵਾਸਤੇ ਬਾਹਰ ਹੀ ਰੱਖਣਾ ਇਸ ਤਰੀਕੇ ਨਾਲ ਵੀ ਤੁਹਾਨੂੰ ਪਤਾ ਲੱਗਦਾ ਰਹੇ, ਨਾਲ ਨਾਲ ਬਲ ਨਾ ਪਵੇ ਇਹਦੇ ਵਿੱਚ ਕੋਈ ਵੀ। ਦੇਖੋ ਇਸ ਤਰੀਕੇ ਨਾਲ ਤਾਂ ਮੈਂ ਇਹਨੂੰ ਇਸ ਤਰ੍ਹਾਂ ਪਕੜੂੰਗੀ। ਆ ਦੇਖੋ ਇਸੇ ਤਰ੍ਹਾਂ ਆਪਾਂ ਨੇ ਆਹ ਨਿਸ਼ਾਨ ਵਾਲਾ ਪਾਸਾ ਪਕੜਿਆ, ਇੱਥੇ ਲਗਾਇਆ ਨਾਲ, ਇਸ ਤਰ੍ਹਾਂ ਆਪਾਂ ਇਹਨੂੰ ਫੋਲਡਿੰਗ ਕਰਾਂਗੇ ਅਤੇ ਆਹ ਚੀਜ਼ ਆਪਣੀ ਇਸ ਤਰ੍ਹਾਂ ਜਮਾਂ ਉੱਪਰ ਆਊਗੀ। ਅਤੇ ਤੁਸੀਂ ਇਸ ਤਰ੍ਹਾਂ ਵੀ ਫੜ ਕੇ ਦੇਖ ਸਕਦੇ ਹੋ, ਦੇਖੋ ਕੋਈ ਬਲ ਨਹੀਂ ਹੈਗਾ ਵੀ ਆਪਣੇ ਪਲਾਜ਼ੋ ਦੇ ਵਿੱਚ। ਬਹੁਤ ਹੀ ਆਸਾਨ ਤਰੀਕੇ ਨਾਲ ਇਲਾਸਟਿਕ ਪਾਉਣਾ ਦੱਸ ਰਹੇ ਹਾਂ ਤੁਹਾਨੂੰ ਆਪਾਂ। ਸੋ ਆਪਾਂ ਤੀਸਰੇ ਸਟੈਪ 'ਤੇ ਇਲਾਸਟਿਕ ਪਾ ਰਹੇ ਹਾਂ। ਇਸੇ ਤਰ੍ਹਾਂ ਆਪਾਂ ਨਿਸ਼ਾਨ ਨੂੰ ਪਕੜ ਕੇ ਆਹ ਸਿਲਾਈ 'ਤੇ ਰੱਖਾਂਗੇ, ਇੰਨਾ ਮਾਰਜਨ ਦੇਣਾ ਆਪਣੇ ਅੰਦਰਲੀ ਸਾਈਡ 'ਤੇ। ਇਸੇ ਤਰ੍ਹਾਂ ਆਪਾਂ ਇਹਨੂੰ ਫਿਰ ਕਰ ਲਾਂਗੇ। ਆਪਣੇ ਤਿੰਨ ਟਾਂਕੇ ਲਗਾ ਲਏ ਆਪਾਂ ਨੇ ਤਿੰਨ ਹਿੱਸਿਆਂ ਦੇ ਵਿੱਚ, ਮੰਨ ਲਓ ਚੌਥਾ ਹਿੱਸਾ ਰਹਿ ਗਿਆ, ਉਹਨੂੰ ਕਿਸ ਤਰੀਕੇ ਨਾਲ ਕਰਨਾ। ਮੰਨ ਲਓ ਇਸ ਤਰੀਕੇ ਨਾਲ ਤੁਹਾਡੀ ਸੈਟਿੰਗ ਨਹੀਂ ਆਉਣੀ ਹੈਗੀ, ਕਿਉਂਕਿ ਆਪਣੇ ਪਲਾਜ਼ੋ ਨੂੰ ਉਲਟਾ ਰੱਖਿਆ ਹੋਇਆ, ਤਾਂ ਤੁਸੀਂ ਆਹ ਇਲਾਸਟਿਕ ਨੂੰ ਇਸ ਤਰੀਕੇ ਨਾਲ ਇੱਧਰਲੀ ਸਾਈਡ ਲੈ ਜਾਓਗੇ। ਆਹ ਦੇਖੋ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ। ਦੇਖੋ ਆਹ ਦੇਖੋ ਨਿਸ਼ਾਨ ਵਾਲਾ ਪਾਸਾ ਆਪਣਾ ਨੇ ਨਾਲ ਲਗਾ ਕੇ ਇਹਦੇ ਰੱਖਣਾ ਗਾ,
ਤਾਂ ਤੁਸੀਂ ਨਿਸ਼ਾਨ ਵਾਲੇ ਨੂੰ ਇਸ ਤਰ੍ਹਾਂ ਨਾਲ ਹੀ ਨਾਲ ਲਗਾਓਗੇ, ਇਹਦੇ ਨਾਲ ਤੁਹਾਨੂੰ ਕੋਈ ਵੀ ਬਲ ਪਾਉਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ। ਵੀ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਤੋਂ ਲਾਸਟਿਕ ਉਲਟਾ ਬਲ ਪੈ ਜਾਂਦਾ ਜਾਂ ਸਹੀ ਤਰੀਕੇ ਨਾਲ ਨਹੀਂ ਬੈਠਦਾ, ਤਾਂ ਦੇਖੋ ਤੁਸੀਂ ਇਸ ਤਰੀਕੇ ਨਾਲ ਲਾਸਟਿਕ ਪਾਓ ਤਾਂ ਇੱਕਦਮ ਸਹੀ ਆਊਗਾ। ਹੁਣ ਦੇਖੋ ਆਪਾਂ ਮਸ਼ੀਨ ਨੂੰ ਇਸ ਤਰ੍ਹਾਂ ਘੁਮਾ ਲਾਂਗੇ, ਇਹਨੂੰ ਬਾਰ ਬਾਰ ਆਪਾਂ ਵਿੱਚੋਂ ਨਹੀਂ ਕੱਢਦੇ। ਹੁਣ ਜਿਹੜਾ ਆਪਣੇ ਆਹ ਜੋੜ, ਦੇਖੋ ਆਪਾਂ ਨੇ ਆਹ ਜਿਹੜਾ ਜੋੜ ਲਗਾਇਆ ਸੀ ਤੋ ਇਸ ਤਰ੍ਹਾਂ ਖਿੱਚ ਲਾਂਗੇ, ਖਿੱਚ ਕੇ ਲਾਸਟਿਕ ਦੇਖੋ ਆਹ ਜਿਹੜਾ ਮਾਰਜਨ ਹੋਊਗਾ ਆਪਾਂ ਇਹਨੂੰ ਇਸ ਤਰੀਕੇ ਨਾਲ ਜ਼ਿਆਦਾ ਨਹੀਂ ਦੇਣਾ, ਜਿੰਨਾ ਆਪਾਂ ਨੇ ਫੋਲਡਿੰਗ ਵੇਲੇ ਦਿੱਤਾ ਹੋਇਆ ਓਨਾ ਹੀ ਦੇਣਾਗਾ। ਦੇਖੋ ਤਾਂ ਇਸ ਤਰ੍ਹਾਂ ਹੀ ਆਪਾਂ ਨੇ ਪਿੱਛੋਂ ਖਿੱਚ ਕੇ ਰੱਖਣਾ ਲਾਸਟਿਕ ਨੂੰ, ਬਹੁਤ ਹੀ ਸੋਹਣੇ ਤਰੀਕੇ ਨਾਲ ਲਾਸਟਿਕ ਪਊਗਾ। ਦੇਖੋ ਬਿਲਕੁਲ ਪੂਰੀ ਇੱਕਦਮ ਸਫਾਈ ਆਊਗੀ, ਨਾ ਹੀ ਆਪਣਾ ਵਿੱਚੋਂ ਮਾਰਜਨ ਨਿਕਲੇ। ਦੇਖੋ ਤੁਸੀਂ ਆਰਾਮ ਨਾਲ ਅੰਦਰ ਮਾਰਜਨ ਕਰਕੇ ਇਹਦਾ ਪਿੱਛੋਂ ਖਿੱਚ ਸਕਦੇ ਹੋ। ਹਾਂ ਦੇਖੋ ਇਸੇ ਤਰ੍ਹਾਂ ਮੈਂ ਦੂਸਰੇ ਹਿੱਸੇ ਤੋਂ ਫੇਰ ਪਕੜੂੰਗੀ। ਇਸ ਤਰ੍ਹਾਂ ਖਿੱਚਾਂਗੇ ਆਪਾਂ, ਨੀਚੇ ਵਾਲਾ ਕੱਪੜੇ ਨੂੰ ਬਿਲਕੁਲ ਆਪਾਂ ਸਾਈਡ ਤੇ ਕੱਢ ਦੇਣਾ ਇਸ ਤਰੀਕੇ ਨਾਲ। ਇਸ ਤਰ੍ਹਾਂ ਮਾਰਜਨ ਨੂੰ ਆਪਾਂ ਕਰਾਂਗੇ, ਫੇਰ ਇਹਦੀ ਸਲਾਈਡ ਕਰਾਂਗੇ। ਜ਼ਿਆਦਾਤਰ ਆਪਾਂ ਨੇਫਾ ਬਣਾ ਕੇ ਫਿਰ ਲਾਸਟਿਕ ਵਿੱਚ ਪਾਉਂਦੇ ਨੇ, ਦੇਖੋ ਉਹਦੇ ਨਾਲ ਸਹੀ ਨਹੀਂ ਆਉਂਦਾ ਲਾਸਟਿਕ। ਇਸੇ ਤਰ੍ਹਾਂ ਆਪਾਂ ਨੇ ਫੇਰ ਦੂਸਰਾ ਹਿੱਸਾ ਪਕੜਨਾ। ਇਹ ਮਾਰਜਨ ਆਪਾਂ ਨੇ ਫਿਲਹਾਲ ਓਨਾ ਹੀ ਦੇਣਾ, ਵੱਧ ਘੱਟ ਨਹੀਂ ਦੇਣਾ। ਦੇਖੋ ਆ ਬਣਾ ਗਿਆ ਐਂਡ ਵਾਲਾ। ਇਸੇ ਤਰ੍ਹਾਂ ਆਪਣੇ ਦੇਖੋ ਬਰਾਬਰ ਆਪਣੇ ਵੱਧ ਘੱਟ ਕੋਈ ਮਾਰਜਨ ਨਹੀਂ ਦਿੱਤਾ, ਸਾਰਾ ਮਾਰਜਨ ਧੁਰ ਦੀ ਧੁਰ ਆਪਣਾ ਓਨਾ ਹੀ ਆ ਰਿਹਾ ਹੈਗਾ। ਆ ਦੇਖੋ ਹੁਣ ਇਹਦੀ ਆਪਾਂ ਨੇ ਡਬਲ ਸਿਲਾਈ ਲਗਾਉਣੀ ਆ। ਜ਼ਿਆਦਾਤਰ ਤਾਂ ਉੱਪਰ ਵਾਲੀ ਸਾਈਡ ਤੇ ਲਗਾ ਦਿੰਦੇ ਨੇ ਜਾਂ ਇਹਦੇ ਨਾਲ ਹੀ ਲਗਾ ਦਿੰਦੇ ਨੇ, ਪਰ ਆਪਣੇ ਜਿਹੜੀ ਦੂਸਰੀ ਸੀਨ ਲਗਾਉਣੀ ਆ ਉਹ ਸੈਂਟਰ ਦੇ ਵਿੱਚ ਦੇਣੀ ਆ, ਜਿਹਦੇ ਨਾਲ ਬਹੁਤ ਹੀ ਸਫਾਈ ਆਉਂਦੀ ਹੈਗੀ, ਨਾਲੇ ਆਪਣਾ ਬਲ ਨਹੀਂ ਖਾਂਦਾ ਲਾਸਟਿਕ ਬਿਲਕੁਲ ਵੀ। ਦੇਖੋ ਜਮਾਂ ਸੈਂਟਰ ਦੇ ਵਿੱਚ ਲਗਾਵਾਂਗੇ, ਕੋਈ ਬਟ ਨਹੀਂ ਪੈ ਰਿਹਾ, ਜਮਾਂ ਇੱਕਦਮ ਸਫਾਈ ਦੇ ਵਿੱਚ ਲਾਸਟਿਕ ਪੈ ਰਿਹਾ ਇਸ ਤਰੀਕੇ ਨਾਲ। ਪੂਰਾ ਆਪਾਂ ਨੇ ਫੁੱਲੀ ਲਾਸਟਿਕ ਪਾਇਆ, ਬਹੁਤ ਹੀ ਸਫਾਈ ਦੇ ਵਿੱਚ ਲਾਸਟਿਕ ਪਿਆ। ਦੇਖੋ ਕੋਈ ਵੀ ਇਹਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ ਵੀ ਜਾਂ ਕਿਤੇ ਆਪਾਂ ਤੋਂ ਖਿੱਚਣ ਦੇ ਵਿੱਚ ਘੱਟ ਰਹਿ ਗਿਆ ਹੋਵੇ ਜਾਂ ਆਪਣਾ ਮਾਰਜਨ ਨਾ ਹੋਵੇ। ਜੇ ਤੁਸੀਂ ਇਸ ਤਰੀਕੇ ਨਾਲ ਲਾਸਟਿਕ ਪਾਓਗੇ ਤਾਂ ਕਦੇ ਵੀ ਕਨਫਿਊਜ਼ ਨਹੀਂ ਹੋਵੋਗੇ, ਬਹੁਤ ਹੀ ਸੋਹਣੇ ਤਰੀਕੇ ਨਾਲ ਲਾਸਟਿਕ ਪਿਆ। ਦੇਖੋ ਆਪਾਂ ਦੇਖੋ ਪ੍ਰੋਪਰ ਆਪਣੀ ਪੋਕਿਟ ਹੈ ਜਿਹੜੀ ਉਹ ਵਿੱਚ ਆਈ ਹੋਈ ਆ, ਕਿਤੋਂ ਵੀ ਕਿਸੇ ਵੀ ਸਾਈਡ ਤੋਂ ਬਾਹਰ ਨਹੀਂ ਨਿਕਲੀ ਹੈਗੀ। ਹਾਂ ਦੇਖੋ